ਆਪਾਂ ਇੱਥੇ ਡਿਊਟੀ ਕਰਦੇ ਹਾਂ। ਹਾਂਜੀ ਭਾਅ ਜੀ। ਕਿੱਥੇ? ਇਹ ਆਪਕਾ ਇੰਪਲੋਈ ਹੈ? ਹਾਂ, ਇਹ ਆਪਕਾ ਇੰਪਲੋਈ ਹੈ ਸਰ? ਕਿਹੜੇ ਡਾਕਟਰ ਸਰ? ਇੱਧਰ ਆਓ। ਇਹ ਯਹਾਂ ਪੇ ਸੈਂਪਲ ਦੇ ਰਿਹਾ ਸਰ ਮਰੀਜ਼ ਕੇ। ਨਹੀਂ ਨਹੀਂ, ਆਪ ਆਪਣੀ ਜਗ੍ਹਾ 'ਤੇ ਸਹੀ ਹੋ। ਇਹ ਕਹਿ ਰਹਾ ਕਿ ਇੱਕ ਮਿੰਟ ਲੋ। ਇਹ ਕਹਿ ਰਹਾ ਮੈਂ ਯਹਾਂ ਕਾ ਇੰਪਲੋਈ ਹੂੰ, ਡਾਕਟਰ ਸਾਹਿਬ ਸੇ ਪੁੱਛ ਕੇ ਸੈਂਪਲ ਲੇ ਰਹਾ। ਭਾਈ ਨਿਕਾਲ ਕੇ ਦੇ ਰਹਾ ਹੂੰ। ਇੱਕ ਮਿੰਟ ਦਿਖਾਓ। ਤੂੰ ਕਿੰਨਾ ਕੱਢ ਸਕਦਾ? ਤੂੰ ਡਾਕਟਰ? ਭਾਈ ਡਾਕਟਰ ਨੇ ਕਿਹਾ ਕੱਢ ਕੇ ਦੇ ਸੈਂਪਲ। ਤੇਰੇ ਕੋਲ ਡਿਗਰੀ ਹੈਗੀ ਡਾਕਟਰ ਦੀ? ਤੂੰ ਕਿੱਦਾਂ ਉਹਦੇ ਸੈਂਪਲ ਕੱਢਿਆ? ਦੇਖ ਲਓ ਜੀ ਸੈਂਪਲ। ਇੱਧਰ ਆਓ ਡਾਕਟਰ ਕੋਲ ਆਉਣਾ ਭਾਈ। ਆਓ 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 ਮੇਰਾ ਭਰਾ, ਆਜੋ। ਡਾਕਟਰ ਸਾਹਿਬ ਕਹਿ ਰਹੇ ਨੇ ਸਾਡਾ ਇੰਪਲੋਈ ਨਹੀਂਗਾ। ਕਿਹੜੇ ਡਾਕਟਰ ਨੇ ਤੈਨੂੰ ਕਿਹਾ ਸੈਂਪਲ ਕਿੰਨਾ? ਦੱਸੋ ਡਾਕਟਰ ਸਾਹਿਬ, 9-10-11 ਕੱਢੇ ਕਹਿੰਦੇ ਤੈਨੂੰ ਮੈਨੂੰ ਕਿਹਾ। ਚੱਲ ਡਾਕਟਰ ਸਾਹਿਬ, ਇੱਕ ਮਿੰਟ ਦੇਖ ਲਾ। ਡਾਕਟਰ ਸਾਹਿਬ, ਇਹ ਆਪਕਾ ਇੰਪਲੋਈ ਹੈ? ਪਲੀਜ਼ ਦੇਖੀਏ, ਹਮੇਂ ਵੀ ਪਤਾ ਕਿਆ ਚੱਲ ਰਿਹਾ ਹੈ। ਪਲੀਜ਼ ਕਲੀਅਰਲੀ ਬਾਤ ਕਰੇਂਗੇ, ਅੱਛਾ ਰਹੇਗਾ। ਆਪ ਰਿਸਪੈਕਟਿਡ ਹੋ ਹਮਾਰੇ। ਇਹ ਆਪਕਾ ਇੰਪਲੋਈ ਹੈ? ਆਪ ਇਸੇ ਆਪਨੇ ਬੋਲਾ ਸੈਂਪਲ ਨਿਕਾਲਨੇ ਕੇ ਲਈ? ਇਸਕੇ ਪਾਸ ਕੋਈ ਅਥੋਰਿਟੀ ਹੈ ਸੈਂਪਲ ਨਿਕਾਲਨੇ ਕੇ? ਦੇਖ ਲਓ ਜੀ, ਡਾਕਟਰ ਸਾਹਿਬ ਆਪਣੇ ਮੂੰਹ ਦੱਸ ਰਹੇ ਨੇ ਕਿ ਇਹ ਸਾਡਾ ਇੰਪਲੋਈ ਵੀ ਨਹੀਂ ਹੈ, ਅਤੇ ਨਾ ਹੀ ਕਿਹਾ ਵਾ ਕਿ ਇਹਨੂੰ ਸੈਂਪਲ ਕੱਢਣ ਲਈ। ਉਹ ਕਿਸੇ ਮਰੀਜ਼ ਸਰ, ਇਹ ਕਿਸੇ ਮਰੀਜ਼ ਇੱਕ ਮਿੰਟ ਇੱਕ ਮਿੰਟ ਕਿਸੇ ਮਰੀਜ਼ ਕੇ ਇਹ ਸੈਂਪਲ ਨਿਕਾਲ ਰਿਹਾ, ਕਿਆ ਇਹ ਲੀਗਲੀ ਹੈ? ਤੂੰ ਕੱਢ ਹੀ ਨਹੀਂ ਸਕਦਾ ਯਾਰ, ਤੇਰੇ ਕੋਲ ਕੀ ਅਥੋਰਿਟੀ ਹੈ? ਡਾਕਟਰ ਸਾਹਿਬ ਕਹਿ ਰਹੇ ਸਾਡਾ ਤੂੰ ਇੰਪਲੋਈ ਨਹੀਂ ਯਾਰ। ਡਾਕਟਰ ਨੂੰ ਮੁੱਕਰ ਗਿਆ ਤੇ ਮੇਰਾ ਕੀ ਕਸੂਰ? ਨਹੀਂ ਤੇ ਤੂੰ ਇੱਥੇ ਆਉਂਦਾ ਵਾ, ਕੰਟੀਨਿਊਸਲੀ ਆਉਂਦਾ ਫਿਰ? ਭਾਈ ਮੈਂ ਰੋਈ ਨਹੀਂ ਆਉਂਦਾ, ਮੈਨੂੰ ਫੋਨ ਕੀਤਾ ਫੇਰ। ਕਿਹਨੇ ਕੀਤਾ ਫੋਨ? ਉਹ ਮੈਂ ਤੁਹਾਨੂੰ ਸਾਰੇ ਸਾਰਾ ਦੱਸੀ। ਹਾਂਜੀ ਹਾਂਜੀ, ਆਜੋ ਬਾਹਰ ਆਜੋ ਡਾਕਟਰ ਸਾਹਿਬ, ਮੈਂ ਡਿਸਟਰਬ ਹੋਣ। ਤੁਹਾਨੂੰ ਕਿਹਨੇ ਫੋਨ ਕੀਤਾ ਸੀ ਜੀ ਜਨਾਬ? ਉਹ ਇਹਨੇ ਤੁਹਾਨੂੰ ਮੈਂ ਦੱਸਣ ਲੱਗਾ ਮੈਂ ਫੋਨ ਕਿਹਨੇ ਕੀਤਾ? ਜਿਹਨੇ ਭੇਜਿਆ ਮੈਨੂੰ ਉਹਨਾਂ ਨੇ ਬੋਲੋ ਨਾ, ਦੱਸੋ ਮੈਨੂੰ। ਲੜਨਾ ਲੜਨਾ, ਮੈਨੂੰ ਗੱਲ ਸੁਣ, ਤੈਨੂੰ ਕਿੰਨੇ ਕਿਹਾ ਸੀਗਾ? ਆਪੜ ਆਪੜ ਕਿੰਨਾ ਨੇ ਕਿਹਾ ਭਾਜੀ, ਤੁਹਾਨੂੰ ਦੱਸ ਦੇ ਦਿਓ। ਆਹ ਦੇਖ ਲਓ ਜੀ, ਸ਼ਰੇਆਮ ਹੋਸਪਿਟਲ 'ਚ ਕੰਮ ਹੋ ਰਿਹਾ। ਇੱਥੇ ਪਰਚੀਆਂ ਕੱਟਦੇ ਨੇ ਡਾਕਟਰ, ਇਹਨਾਂ ਦੇ ਏਜੰਟ ਬੈਠੇ ਨੇ। ਇਹ ਏਜੰਟ ਕੀ ਕਰਦੇ ਨੇ, ਪਰਚੀਆਂ ਡਾਕਟਰ ਸਾਹਿਬ ਕੋਲ ਫੜ ਕੇ, ਮਰੀਜ਼ ਆਪਣੀ ਮਰਜ਼ੀ ਨਾਲ ਨਾ ਸੈਂਪਲ ਦੇ ਸਕਦਾ ਕਿਸੇ ਨੂੰ, ਨਾ ਦਵਾਈਆਂ ਦੇ ਸਕਦਾ, ਇਹ ਆਪ ਸੈਂਪਲ ਕੱਢਣ ਦੇ ਨੇ। ਤੁਸੀਂ ਲਾਈਵ ਵੇਖ ਲਿਆ, ਸੈਂਪਲ ਆਪ ਕੱਢਦਾ ਤਾਂ ਕਹਿੰਦਾ ਡਾਕਟਰ ਨੇ ਬੁਲਾਇਆ ਸੀਗਾ ਮੈਨੂੰ। ਕਿਹੜੀ ਦੁਕਾਨ ਤੋਂ ਆਏ ਜੇ ਤੁਸੀਂ? ਇਹਨਾਂ ਦੁਕਾਨ ਤੁਸੀਂ ਕਿੱਥੋਂ ਆਏ ਜੇ? ਆਪਾਂ ਚੱਲੇ ਹਾਂ, ਤੁਸੀਂ ਆਏ ਕਿੱਥੋਂ ਜੇ? ਆਏ ਕਿੱਥੋਂ ਜੇ? ਤੁਸੀਂ ਆਏ ਹੋ ਦੁਕਾਨ ਤੋਂ ਜੇ? ਸੈਲੋ ਮੈਡੀਕਲ ਸਟੋਰ। ਕਿਹੜੇ ਸੈਲੋ ਮੈਡੀਕਲ ਸਟੋਰ? ਕੋਈ ਸੈਲੋ ਮੈਡੀਕਲ ਸਟੋਰ ਆ, ਅਸੀਂ ਨਹੀਂ ਜਾਣਦੇ। ਇਹ ਉੱਥੋਂ ਦਾ ਹੈਗਾ ਬੰਦਾ, ਤੇ ਡੇਲੀ ਆਉਂਦੇ ਕਿ ਹਰ ਵਾਰ ਕੋਈ ਨਵੇਂ ਆਉਂਦਾ? ਭਾਜੀ ਤੁਸੀਂ ਸੈਂਪਲ ਕੱਢ ਹੀ ਨਹੀਂ ਸਕਦੇ ਵੀਰ ਜੀ, ਮੈਨੂੰ ਵਾਰੀ ਲੱਗੀ ਹੋਣੀ, ਤੁਹਾਨੂੰ ਇੱਕ ਹੋਰ ਸਕੈਂਡਲ ਦੱਸਦਾ। ਇੱਧਰ ਆਓ। ਹੈਲੋ, ਆਪਾਂ ਕੀ ਕਰਨੇ ਤੁਹਾਡੇ ਸੈਂਪਲ ਤੁਹਾਡੇ? ਭਾਜੀ ਆ ਫੜ ਲਓ, ਆਹ ਫੜ ਲਓ। ਇੱਥੇ ਕੀ ਚੱਲਦਾ ਵਾ ਤੁਹਾਨੂੰ ਦੱਸੀਏ, ਇੱਥੇ ਵਾਰੀਆਂ ਲੱਗੀਆਂ ਵਾ, ਹਰ ਦੁਕਾਨਦਾਰ ਦੀ ਅਲੱਗ ਵਾਰੀ ਆ। ਇੱਕ ਦਿਨ ਕਿਸੇ ਦੀ, ਇੱਕ ਦਿਨ ਕਿਸੇ ਦੀ, ਅੱਜ ਸੈਲੋ ਵਾਲੇ ਦੀ ਹੀ ਇਹਨੂੰ ਪਰਚੀਆਂ ਮਿਲਣਗੀਆਂ। ਅੱਜ ਇਹ ਦਵਾਈਆਂ ਦੇਗਾ ਮਰੀਜ਼ਾਂ ਨੂੰ ਲਿਆ ਕੇ, ਉਹਨਾਂ ਦੇ ਸੈਂਪਲ ਕੱਢੇਗਾ ਤਾਂ ਕਿ ਕਮਿਸ਼ਨ ਸਾਰੀ ਇਹਨਾਂ ਨੂੰ ਮਿਲੇ, ਕਿਉਂਕਿ ਮਰੀਜ਼ ਆਪਣੀ ਮਰਜ਼ੀ ਨਾਲ ਕਿਤੋਂ ਦਵਾਈ ਨਹੀਂ ਲੈ ਸਕਦਾ। ਮੰਗਲਵਾਰ ਕਿਸੇ ਦੀ ਵਾਰੀ, ਬੁੱਧਵਾਰ ਕਿਸੇ ਦੀ ਵਾਰੀ, ਇਹ ਹੋਸਪਿਟਲ ਗੁਰੂ ਨਾਨਕ ਹੋਸਪਿਟਲ ਹੈਗਾ, ਉੱਥੇ ਕੰਮ ਚੱਲਣ ਦੇ। ਅੱਜ ਦੇਖਿਆ ਡਾਕਟਰ ਸਾਹਿਬ ਆਪਣੇ ਮੂੰਹ ਕਹਿ ਰਹੇ ਸਾਡਾ ਉਹ ਬੰਦਾ ਨਹੀਂਗਾ, ਨਾ ਹੀ ਉਹਨੂੰ ਬੁਲਾਇਆ ਵਾ। ਇਹ ਬੜਾ ਵੱਡਾ ਸਕੈਂਡਲ ਚੱਲਣ ਦਿਆ। ਉੱਤੋਂ ਤੁਹਾਡੇ ਸਾਹਮਣੇ ਕਿੱਦਾਂ ਆਕੜ ਕੇ ਗੱਲ ਕਰ ਰਿਹਾ, ਉਹ ਆਪਣੇ ਮਾਲਕਾਂ ਨੂੰ ਫੋਨ ਕਰ ਰਿਹਾ, ਮਤਲਬ ਕਿ ਪੂਰੀ ਇੱਥੇ ਬਦਮਾਸ਼ੀ ਨਾਲ ਕੰਮ ਹੋ ਰਿਹਾ ਵਾ। ਸਭ ਰਲੇ ਮਿਲੇ ਨੇ, ਹੁਣ ਇੱਕ ਦੂਜੇ ਤੋਂ ਮੁੱਕ ਰਹਿੰਦੇ ਨੇ ਕਿ ਅਸੀਂ ਨਹੀਂ ਬੁਲਾਇਆ।